ਅਸਲਾਮੁਅਲੈਕੁਮ ਦੋਸਤੋ, ਕਿਵੇਂ ਹਾਲ ਹੈ? ਠੀਕ ਹੀ ਉਮੀਦ ਕਰਨਾ ਸਾਰਾ ਦੋਸਤ ਅੱਲਾਹ ਤਾਲਾ ਦੇ ਫਜ਼ਲ ਤੇ ਕਰਮ ਨਾਲ ਠੀਕ ਠਾਕ ਖੁਸ਼ਬਾਸ਼ ਹਸਨ। ਅੱਜ ਮੈਂ ਤੁਹਾਨੂੰ ਇੱਕ ਬਹੁਤ ਵਧੀ ਖੁਸ਼ਖਬਰੀ ਦੇਣ ਵਾਲਾ ਹਾਂ। ਉਹਦੇ ਕੋਲੋਂ ਪਹਿਲਾਂ ਸਾਡੀ ਛੋਟੀ ਇੱਕ ਰਿਕੁਐਸਟ ਹੈ ਕਿ ਤੁਸੀਂ ਸਾਰੇ ਚੈਨਲ ਤੇ ਪਹਿਲੀ ਦਫਾ ਆਏ ਹੋ ਤਾਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਗਿਨੋ, ਵੀਡੀਓ ਨੂੰ ਲਾਈਕ ਕਰੋ ਔਰ ਨੋਟੀਫਿਕੇਸ਼ਨ ਦੇ ਬਟਨ ਨੂੰ ਆਲ ਤੇ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਅੱਜ ਮੈਂ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੇਣ ਵਾਲਾ ਆਪਣੇ ਗਾਈਜ਼ ਨੂੰ, ਨਾਲ ਨਾਲ ਰਾਸੋ ਇਨਸ਼ਾਅੱਲਾ ਬਹੁਤ ਵੱਡਾ ਸਰਪ੍ਰਾਈਜ਼ ਹੈ। ਖੁਸ਼ੀ ਦੀ ਬਾਤ ਕਿਹੜੀ ਆਈ ਤੁਹਾਨੂੰ ਦੱਸਾਂਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦਾ ਵਿੱਚ ਕਿ ਸਾਡੀ ਯੂਟਿਊਬ ਦੀ ਫਸਟ ਇਨਕਮ ਆ ਗਈ ਹੈ, ਅਲਹਮਦੁਲਿਲਾ। ਕਿਤਨੀ ਆਈ ਹੈ ਇਹ ਤੁਹਾਨੂੰ ਚੱਲ ਕੇ ਅੱਗੇ ਸਾਰਾ ਦੱਸੇ ਸੂ। ਇਨ ਟਾਈਮ ਹੁਣ ਬਾਈਕ 'ਤੇ ਮੈਂ ਬੈਠਾ ਸੀ ਔਰ ਬਾਈਕ ਮੇਰੀ ਖੜੀ ਹੈ ਤਾਂ ਅਸਾਂ ਵੇਹਦੇ ਪਏ ਪੇਮੈਂਟ ਕਢਵਾਉਣ ਇਨਸ਼ਾਅੱਲਾ। ਨਾਲ ਨਾਲ ਰਾਸੋ ਮਜ਼ਾ ਸੀ, ਬਹੁਤ ਕਾਫੀ ਇੰਟਰਸਟਿੰਗ ਵੀਡੀਓ ਥੀ ਬਣਾ ਲਈਏ ਕਿਉਂਕਿ ਮੈਂ ਕੋ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੇਰੀ ਫਸਟ ਪੇਮੈਂਟ ਆ ਗਈ ਹੈ ਅਲਹਮਦੁਲਿਲਾ। ਗਾਇਜ਼ ਤੁਹਾਨੂੰ ਇਹਦੇ ਵਿੱਚ ਖੁਸ਼ੀ ਦਾ ਇਜ਼ਹਾਰ ਥੀਨਾ ਪਿਆ ਕਹਿਣਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੇ। ਤਾਂ ਗਾਇਜ਼ ਮੈਂ ਪਹੁੰਚ ਚੁੱਕਾ ਹਾਂ ਖਰਬੁਜ਼ਾਰ ਅੱਡੇ ਦੇ ਉੱਤੇ ਔਰ ਖਰਬੁਜ਼ਾਰ ਅੱਡੇ ਤੋਂ ਪੰਜਾਬ ਬੈਂਕ ਹੈ ਉੱਥੋਂ ਪੇਮੈਂਟ ਕਢਾਉਣਾ। ਵੈਸੇ ਤਾਂ ਸਾਡੀ ਬੈਂਕ MCB ਆਉਂਦੀ ਹੈ ਬਟ ਇਹ ਟਾਈਮ ਸਾਡੇ ਕੋਲ ATM ਵੀ ਹੈ ਪਿਆ, ਅਸਾਂ ATM ਤੋਂ MCB ਬੈਂਕ ਨਹੀਂ ਮਿਲਦੇ, ਬਸ ਇੱਥੋਂ ਹੀ ਕੱਢਦੇ ਨੇ ਕਿਉਂਕਿ MCB ਬੈਂਕ ਸਾਡੇ ਕੋਲ ਬਹੁਤ ਦੂਰ ਹੈ, ATM ਤੋਂ ਅਸਾਂ ਕਹੀਂ ਵੀ ਬੈਂਕ ਕਢਵਾ ਸਕਦੇ ਹਾਂ। ਇਹ ਗੱਲ ਤੋਂ ਅਸਾਂ ਗਾਇਜ਼ ਤੁਹਾਨੂੰ ਕਰ ਛੱਡੀ ਕਿ ਅਸਾਂ ATM ਦੇ ਬਰਾਏ ਪੈਸੇ ਕੱਢਦੇ ਸੀ ਔਰ ਇਨਸ਼ਾਅੱਲਾ ਤੁਸੀਂ ਨਾਲ ਨਾਲ ਰਾਤ ਤੱਕ ਵੀਡੀਓ ਬਹੁਤ ਇੰਟਰਸਟਿੰਗ ਲੱਗੀ। ਲੋਅ ਥੀ ਗਿਆ, ਪੈਟਰੋਲ ਪੰਪ ਸਾਹਮਣੇ ਇਹ ਪਿਆ, ਜਿਵੇਂ ਅਸਾਂ ਫਿਊਲ ਪੂਰਾ ਕਰਨੇ ਆਏ ਕਿਉਂਕਿ ਸਾਨੂੰ ਨੈਸ਼ਨਲ ਬੈਂਕ 'ਚ ਪੇਮੈਂਟ ਨਹੀਂ ਮਿਲ ਸਕੀ ਕਿਉਂਕਿ ਉੱਥੇ ATM ਖਰਾਬ ਆਈ ਪਿਆ। ਸਾਨੂੰ ਇਹ ਗੱਲ MCB ਬੈਂਕ 'ਚ ਵੀ ਵਿਜਣਾ ਪੈ ਗਿਆ ਤਾਂ ਉਹ ਕਾਫੀ ਸਾਰੇ ਕੋਲੋਂ ਦੂਰ ਹੈ। ਇਹ ਵਜ੍ਹਾ ਕੋਲੋਂ ਅਸਾਂਕਿ ਫਿਊਲ ਲੋਅ ਥੀ ਗਿਆ, ਫਿਊਲ ਪਏ ਨੇ ਤਾਂ ਪੈਟਰੋਲ ਪੰਪ ਤੋਂ ਫਾਈਨਲੀ ਗਏ ਜਦ ਅਸਾਂ MCB ਬੈਂਕ ਪਹੁੰਚ ਚੁੱਕੇ ਹਾਂ ਔਰ ਵਿਨ ਕੋਲੋਂ ਪੇਮੈਂਟ ਕੱਢ ਰਹੇ ਨੇ ਤਾਂ ਲਿਖੇ ਸੂੰ ਦੇ ਦਿੱਤਾ ਸਾਡੀ ਬਾਈਕ ਸਾਈਡ 'ਤੇ MCB ਬੈਂਕ ਦੇ ਗਈ ਕਿਉਂਕਿ ਅਸਾਂ ਨੈਸ਼ਨਲ ਬੈਂਕ ਗਏ ਅਸੀਂ ਉੱਥੋਂ ਸਾਨੂੰ ਪੇਮੈਂਟ ਨਹੀਂ ਮਿਲ ਸਕੀ ਕਿਉਂਕਿ ਉੱਥੇ ATM ਖਰਾਬ ਹੋਈ ਮਸ਼ੀਨ ਉਹਨਾਂ ਦੀ। ਇੱਥੇ ਵਿਨ ਕੋਲੋਂ ਅਸੀਂ ਪੇਮੈਂਟ ਕੱਢ ਰਹੇ ਨੇ ਇਨਸ਼ਾਅੱਲਾ, ਨਾਲ ਨਾਲ ਲੋਸ ਹੋ ਜਾਊਗਾ ਅਸੀਂ। ਮੇਰੇ ਕੋਲ ਤਾਂ ਬਹੁਤ ਜ਼ਿਆਦਾ ਹੀ ਖੁਸ਼ੀ ਹੈ ਕਿਉਂਕਿ ਮੇਰੀ ਫਸਟ ਪੇਮੈਂਟ ਹੈ YouTube ਦੀ। ਪਹਿਲੀ ਗੱਲ ਅਸਾਂ ਪੇਮੈਂਟ ਆਪਣੀ ਕਢਵਾ ਚੁੱਕੇ ਹਾਂ। ਆਈ ਐਮ ਵੈਰੀ ਥੈਂਕਫੁਲ ਯੂ, ਥੈਂਕਫੁਲ ਫਾਰ YouTube ਜੇਨ, ਆਈ ਐਮ ਵੈਰੀ ਥੈਂਕਫੁਲ ਫਾਰ YouTube ਕਿਉਂਕਿ ਇਹ ਮੇਰੀ ਫਸਟ ਪੇਮੈਂਟ ਸੀ। ਅਲਹਮਦੁਲਿਲਾ ਮੈਂ ਬਹੁਤ ਖੁਸ਼ ਹੂੰ, ਪੇਮੈਂਟ ਮੇਰੀ ਨਿਕਲ ਚੁੱਕੀ ਹੈ, ਅਭੀ ਵੀ ਬੈਂਕ ਕੇ ਸਾਹਮਣੇ ਖੜਾ ਹੂੰ, ਆਪ ਦੇਖ ਸਕਤੇ ਹੋ। ਅਗਰ ਚੱਲ ਕਰ ਆਪਕੋ ਵਿਲਾ ਦੋ ਮਜ਼ੀਦ ਵੀ ਦਿਖਾਏਂਗੇ, ਆਪ ਸ਼ਾਪਿੰਗ ਕਰੇਂਗੇ ਵੋ ਵੀ ਦਿਖਾਏਂਗੇ, ਸਾਥ ਸਾਥ ਚਲਤੇ ਰਹੀਏ। ਆਟੋ ਕੇ ਦੇਖੇ ਇਹਨੀ ਕਿਆ ਪ੍ਰਾਈਸ ਹੈ? ਮਜ਼ੇਦਾਰ ਬਣਾਇਆ ਬਸ। ਮੈਂ ਕਾਫੀ ਥੱਕ ਚੁੱਕਾ ਨਹੀਂ ਤਾਂ ਮੈਂ ਕੁਲਫਾ ਵਾਲਾ ਬੈਠਾ ਇੱਥੇ, ਕੁਲਫਾ ਖਾ ਗਿੰਦੇ ਕਿਉਂਕਿ ਕਾਫੀ ਸਾਰਾ ਸਫ਼ਰ ਕੀਤੇ ਤੇ ਬੜਾ ਥੱਕ ਪਿਆ, ਕੁਲਫਾ ਖਾ ਲੈ ਪਏ ਨਾਲ। ਵਾਸ਼ਰੂਮ ਦਾ ਸਮਾਨ ਤੁਹਾਨੂੰ ਖੁੱਲ੍ਹਾ ਪਿਆ ਸੀਮੈਂਟ ਵਗੈਰਾ ਕਿਉਂਕਿ ਉਹਨੂੰ ਪਲਸਤਰ ਕਰਨਾ ਹੈ ਅਤੇ ਸੀਮੈਂਟ ਵਗੈਰਾ ਗੁਣੇ ਤਾਂ ਮੈਂ ਜਦੋਂ ਆਇਆ ਦੁਕਾਨ 'ਤੇ ਸੀਮੈਂਟ ਗਿਨਣ ਜਦੋਂ ਦੇਖ ਸਕਦੇ ਤੁਸੀਂ ਖੂਬਸੂਰਤ ਪਰਿੰਦੇ ਦੇਖਣ ਅਤੇ ਮੋਰ ਖੂਬਸੂਰਤ ਪਰਿੰਦੇ ਅਤੇ ਉਹਨੇ ਖੇਤ ਉਡੇ ਰਹੇ ਨੇ ਸੀਮੈਂਟ ਵਾਲਾ ਥੋੜ੍ਹਾ ਟੀਅਰ ਵਗੈਰਾ ਖੁੱਟਦੇ ਪੈਣ ਤਾਂ ਉਹਨੇ ਕਿ ਉਹ ਕੱਟਣੇ ਪਾ ਸਾਨੂੰ ਉਹਦੇ ਨਾਲ ਦੇਣ ਕਹਿੰਦਾ ਅਸਾਂ ਗਿਰਣੇ ਆ 9 ਫੁੱਟ ਅਤੇ 6 ਇੰਚ ਤਾਂ ਉਹ ਕੱਢਦੇ ਨੇ ਪੈਨ ਤਾਂ ਜੀ। ਤਾਂ ਦੋਸਤੋ ਅੱਜ ਦੇ ਵਲੋਗ ਦਾ ਕਰਨੇ ਪਏ ਥੈਂਕ ਐਂਡ ਨੈਕਸਟ ਵਲੋਗ ਵਿੱਚ ਇਨਸ਼ਾਅੱਲਾ ਮੁਲਾਕਾਤ ਹੋਸੀ, ਤਦ ਤੱਕ ਆਪਣਾ ਔਰ ਆਪਣੇ ਪਿਆਰੋਂ ਕਾ ਖਿਆਲ ਰੱਖੀਏਗਾ। ਬਾਏ ਬਾਏ, ਅੱਲਾ ਹਾਫਿਜ਼।